ਸਤਿਕਾਰ ਜੀ, ਮੈਂ ਲਖਵਿੰਦਰ ਸਿੰਘ ਵਿਰਕ, ਸੀ ਬੀ ਆਈ ਮੈਡੀਕਲ ਸੈਂਟਰ ਸਿਵਲ ਲਾਈਨ ਲੁਧਿਆਣਾ ਤੋਂ ਜੀ। ਦੋਸਤੋ, ਸੀ ਬੀ ਆਈ ਮੈਡੀਕਲ ਸੈਂਟਰ ਇੱਕ ਐਸਾ ਸੈਂਟਰ ਹੈ ਜਿੱਥੇ ਬਿਨਾਂ ਸਰਜਰੀ ਤੋਂ, ਬਿਨਾਂ ਕਿਸੇ ਚੀਰ ਫਾੜ ਤੋਂ, ਬਿਨਾਂ ਹੋਸਪਿਟਲ ਸਟੇਅ ਤੋਂ ਸੀ ਬੀ ਆਈ ਮੈਡੀਕਲ ਸੈਂਟਰ ਵਿੱਚ ਹਾਰਟ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ। ਕਿਹੜਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਆਪਾਂ ਗੱਲਬਾਤ ਕਰਾਂਗੇ ਉਹਦੇ ਬਾਰੇ। ਅੱਜ ਸਾਡੇ ਨਾਲ ਨੇ ਜੀ ਸੀ ਬੀ ਆਈ ਮੈਡੀਕਲ ਸੈਂਟਰ ਦੇ ਸੀਨੀਅਰ ਸਟਾਫ ਰੁਪਿੰਦਰ ਸੰਧੂ ਜੀ ਅਤੇ ਮਾਰੀਆ ਜੀ। ਆਪਾਂ ਇਹਨਾਂ ਨੂੰ ਪੁੱਛਾਂਗੇ ਜਿਹੜੇ ਹਾਰਟ ਦੇ ਪੇਸ਼ੈਂਟ ਆਉਂਦੇ ਨੇ ਕਿਹੜਾ ਟ੍ਰੀਟਮੈਂਟ ਕਰਾਉਂਦੇ ਨੇ, ਕਿਵੇਂ ਟ੍ਰੀਟਮੈਂਟ ਹੁੰਦਾ ਉਹਨਾਂ ਦਾ, ਕੀ ਉਹਨਾਂ ਦਾ ਖਰਚਾ ਹੁੰਦਾ, ਕਿੰਨਾ ਚਿਰ ਹੋਸਪਿਟਲ ਆਉਣਾ ਪੈਂਦਾ, ਕਿੰਨੀਆਂ ਡ੍ਰਿਪਸ ਲੱਗਦੀਆਂ ਨੇ, ਉਹਦੇ ਬਾਰੇ ਸਾਰੀ ਗੱਲਬਾਤ ਕਰਾਂਗੇ। ਅਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਰੁਪਿੰਦਰ ਸੰਧੂ ਜੀ ਨਾਲ ਅਤੇ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਸੀ ਬੀ ਆਈ ਮੈਡੀਕਲ ਸੈਂਟਰ ਦੇ ਵਿੱਚ ਕਿਹੜਾ ਟ੍ਰੀਟਮੈਂਟ ਹੈ ਉਹ ਜਿਹੜਾ ਬਿਨਾਂ ਸਰਜਰੀ ਤੋਂ ਕੀਤਾ ਜਾਂਦਾ ਹੈ। ਰੁਪਿੰਦਰ ਸੰਧੂ ਜੀ, ਹਾਂਜੀ, ਮੈਂ ਤੁਹਾਨੂੰ ਦੱਸਦੀ ਹਾਂ ਜੀ, ਇੱਥੇ ਏ ਸੀ ਟੀ ਟ੍ਰੀਟਮੈਂਟ ਕੀਤਾ ਜਾਂਦਾ ਹੈ, ਆਰਟਰੀ ਕਲੀਅਰੈਂਸ ਥੈਰੇਪੀ ਜਿਹੜਾ ਇਹ ਟ੍ਰੀਟਮੈਂਟ ਹੈ। ਇਹਦੇ ਵਿੱਚ ਜਿਹੜਾ ਕਿ ਇੰਟਰਵੇਨਸ ਡ੍ਰਿਪ ਲਗਾਈ ਜਾਂਦੀ ਹੈ ਅਤੇ ਪੇਸ਼ੈਂਟ ਆਰਾਮ ਨਾਲ ਬਹਿ ਜਾਂਦਾ, ਕੰਫਰਟੇਬਲ ਹੋ ਕੇ ਇੱਦਾਂ ਇਹ ਟ੍ਰੀਟਮੈਂਟ ਕੀਤਾ ਜਾਂਦਾ। ਅਤੇ ਇਹ ਕਿਹੜੇ ਕਿਹੜੇ ਪੇਸ਼ੈਂਟਸ ਲਈ ਬੈਨੀਫਿਸ਼ੀਅਲ ਹੈ, ਜਿੱਦਾਂ ਕਿ ਜਿਹੜੇ ਬਾਈਪਾਸ ਸਰਜਰੀ ਜਿਹੜੇ ਅਵੋਇਡ ਕਰਦੇ ਆ ਅਤੇ ਜਿਹੜੇ ਫਿੱਟ ਨਹੀਂ ਹੁੰਦੇ ਬਾਈਪਾਸ ਸਰਜਰੀ ਲਈ, ਉਹ ਪੇਸ਼ੈਂਟਸ ਲਈ ਟ੍ਰੀਟਮੈਂਟ ਲੈਂਦੇ ਆ। ਅਤੇ ਜਿਹਨਾਂ ਨੂੰ ਲੈਗਸ 'ਚ ਪੇਨ ਹੁੰਦੀ ਹੈ, ਇਹ ਡਿਟੋਕਸੀਫਾਈ ਵੀ ਕਰਦਾ ਆਪਣੀ ਬਾਡੀ ਨੂੰ, ਇੱਕ ਐਂਟੀ ਏਜਿੰਗ ਵੀ ਹੁੰਦਾ, ਅਤੇ ਉਹਦੇ ਲਈ ਉਹ ਪੇਸ਼ੈਂਟਸ ਲਈ ਬਹੁਤ ਬੈਨੀਫਿਸ਼ੀਅਲ ਹੈ। ਯਾਨੀ ਕਿ ਕਾਫੀ ਚੀਜ਼ਾਂ ਦੇ ਕੰਮ ਕਰਦਾ ਹੈ ਦੋਸਤੋ ਇਹ। ਅਤੇ ਮਾਰੀਆ ਜੀ ਨੂੰ ਆਪਾਂ ਪੁੱਛਾਂਗੇ ਕਿ ਪੇਸ਼ੈਂਟ ਨੂੰ ਜਿਹੜਾ ਏ ਸੀ ਟੀ ਲੱਗਦੀ ਹੈ ਉਹ ਕਿੰਨਾ ਚਿਰ ਵਾਸਤੇ ਲੱਗਦੀ ਹੈ, ਜਿਵੇਂ ਪੇਸ਼ੈਂਟ ਆਪਣੇ ਹੋਸਪਿਟਲ 'ਚ ਆਇਆ ਉਹਨੂੰ ਕੋਈ ਸਟੇਅ ਕਰਨਾ ਪੈਂਦਾ ਹੈ ਜਾਂ ਠਹਿਰਨਾ ਪੈਂਦਾ ਹੈ, ਅਤੇ ਆਉਣਾ ਹੈ ਤਾਂ ਕਿੰਨਾ ਚਿਰ ਵਾਸਤੇ ਆਉਣਾ ਹੈ, ਅਤੇ ਹਫ਼ਤੇ 'ਚ ਕਿੰਨੀ ਵਾਰੀ ਆਉਣਾ ਹੈ, ਉਹਦੇ ਬਾਰੇ ਦੱਸੋ ਕੁਛ। ਇਹ ਜਿਹੜਾ ਏ ਸੀ ਟੀ ਟ੍ਰੀਟਮੈਂਟ ਹੈਗਾ ਵਾ, ਇਹ ਪੇਸ਼ੈਂਟ ਨੂੰ ਅਸੀਂ ਮਤਲਬ ਅਸੀਂ ਇੱਦਾਂ ਨਹੀਂ ਕਹਿੰਦੇ ਕਿ ਤੁਸੀਂ ਰੈਗੂਲਰ ਲਗਵਾਓ ਜਾਂ ਅਸੀਂ ਡੇਲੀ ਆਓ, ਅਸੀਂ ਦੱਸਦੇ ਤੁਹਾਨੂੰ ਜਿੱਦਾਂ ਕੰਫਰਟੇਬਲ ਲੱਗਦਾ। ਅਗਰ ਤੁਸੀਂ ਅਸੀਂ ਇਹ ਸਮਝਾਉਂਦੇ ਹਾਂ ਕਿ ਤੁਸੀਂ 2 ਦਿਨ ਆਉਣਾ ਵਾ, ਉਸ 2 ਦਿਨ ਤੁਸੀਂ ਲਗਾਤਾਰ ਟ੍ਰੀਟਮੈਂਟ ਕਰ ਸਕਦੇ ਹੋ, ਉਸ ਤੋਂ ਬਾਅਦ ਤੁਹਾਨੂੰ ਕੈਪ ਲੈਣਾ ਪੈਂਦਾ ਵਾ। ਹਫ਼ਤੇ 'ਚ ਅਸੀਂ ਮਤਲਬ ਹਫ਼ਤੇ 'ਚ ਦੋ ਦਿਨ ਲਗਾ ਕੇ ਉਸ ਤੋਂ ਬਾਅਦ ਕੈਪ ਅਸੀਂ ਦੱਸਦੇ ਹਾਂ ਕਿ ਜ਼ਰੂਰੀ ਆ। ਅਤੇ ਟੋਟਲ ਟ੍ਰੀਟਮੈਂਟ ਇਹ ਮਤਲਬ 30 ਬੋਤਲਾਂ ਦਾ ਹੁੰਦਾ ਵਾ, ਅਤੇ ਹਫ਼ਤੇ 'ਚ 2 ਵਾਰੀ ਹਫ਼ਤੇ 'ਚ ਅਸੀਂ 2 ਵਾਰੀ ਟ੍ਰੀਟਮੈਂਟ ਕਰਵਾ ਸਕਦੇ ਹਾਂ ਜੀ, ਮਾਰੀਆ ਜੀ ਦਾ ਕਹਿਣਾ। ਆਪਾਂ ਰੁਪਿੰਦਰ ਜੀ ਨੂੰ ਪੁੱਛਦੇ ਹਾਂ ਕਿ ਜਦੋਂ ਪੇਸ਼ੈਂਟ ਆਉਂਦਾ, ਕਈ ਵਾਰੀ ਪੇਸ਼ੈਂਟ ਡਰਦਾ ਹੈ ਕਿ ਸਾਨੂੰ ਇਹ ਟ੍ਰੀਟਮੈਂਟ ਪਤਾ ਨਹੀਂ ਕਿਵੇਂ ਹੋਏਗਾ, ਕਿਵੇਂ ਕਰਨਗੇ, ਕੀ ਕਰਨਗੇ, ਉਹ ਦੱਸਣਗੇ ਵੀ ਕਿਵੇਂ ਪੇਸ਼ੈਂਟ ਆ ਸਕਦਾ ਹੈ, ਕਿਵੇਂ ਆਰਾਮ ਨਾਲ ਬੈਠ ਕੇ ਟ੍ਰੀਟਮੈਂਟ ਕਰਵਾ ਸਕਦਾ ਹੈ, ਟ੍ਰੀਟਮੈਂਟ ਕਰਾਉਣ 'ਚ ਕੋਈ ਤਕਲੀਫ ਤਾਂ ਨਹੀਂ ਹੁੰਦੀ। ਰੁਪਿੰਦਰ ਸੰਧੂ ਮੈਮ, ਤੁਸੀਂ ਦੱਸੋ। ਹਾਂਜੀ, ਜਦੋਂ ਪਹਿਲੀ ਵਾਰ ਪੇਸ਼ੈਂਟ ਆਉਂਦਾ ਉਹ ਤਾਂ ਆਪਣੇ ਰਿਲੇਟਿਵਸ ਅਟੈਂਡੈਂਟਸ ਨਾਲ ਆਉਂਦਾ ਹੈ, ਬਟ ਜਦੋਂ ਅਸੀਂ ਉਹਨੂੰ ਸਾਰਾ ਦੱਸਦੇ ਹਾਂ ਵੀ ਤੁਸੀਂ ਟ੍ਰੀਟਮੈਂਟ ਬਾਰੇ, ਇੱਕ ਫਸਟ ਟਾਈਮ ਡ੍ਰਿਪ ਲਗਵਾ ਲੈਂਦਾ ਹੈ, ਪੇਸ਼ੈਂਟ ਆਰਾਮ ਨਾਲ ਕੰਫਰਟੇਬਲ ਹੋ ਕੇ ਬਹਿ ਜਾਂਦਾ ਹੈ ਅਤੇ ਆਰਾਮ ਨਾਲ ਡ੍ਰਿਪ ਲਗਵਾ ਲੈਂਦਾ ਹੈ, ਅਤੇ ਆਰਾਮ ਨਾਲ ਫਿਰ ਉਹ ਜਾ ਵੀ ਸਕਦਾ ਹੈ ਖੁਦ ਡਰਾਈਵਿੰਗ ਕਰਕੇ। ਹਾਂਜੀ, ਮਤਲਬ ਪੇਸ਼ੈਂਟ ਕੰਫਰਟੇਬਲ ਹੁੰਦਾ ਹੈ, ਇੱਕ ਵਾਰ ਤੋਂ ਆਉਂਦਾ, ਪਹਿਲੀ ਵਾਰ ਤੋਂ ਡਰਦਾ ਹੀ ਹੈ, ਬਾਅਦ 'ਚ ਤੋਂ ਡਰ ਖਤਮ ਹੋ ਜਾਂਦਾ। ਓਕੇ, ਕਈ ਵਾਰੀ ਪੇਸ਼ੈਂਟ ਇਹ ਸੋਚਦਾ ਹੈ ਵੀ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ, ਪੈਸੇ ਇਕੱਠੇ ਜਮ੍ਹਾਂ ਕਰਾਉਣੇ ਪੈਂਦੇ ਨੇ ਕਿ ਜਾਂ ਤੁਸੀਂ ਅਲੱਗ ਅਲੱਗ ਡ੍ਰਿਪ 'ਤੇ ਲੱਗ ਜਾਂ ਵਾਈਡ ਕਰੇ ਪੇਸ਼ੈਂਟ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਆਹ ਚੀਜ਼ ਨਹੀਂ ਖਾਣੀ ਜਾਂ ਡ੍ਰਿਪ ਲੱਗਣੀ ਆ, ਜੇ ਉਹਦੇ ਬਾਰੇ ਤੁਸੀਂ ਥੋੜ੍ਹਾ ਦੱਸੋ। ਅਸੀਂ ਪੇਸ਼ੈਂਟ ਨੂੰ ਇਹ ਸਮਝਾਉਂਦੇ ਹਾਂ ਕਿ ਜਦੋਂ ਤੁਸੀਂ ਡ੍ਰਿਪ ਲਗਾਉਣੀ ਆ, ਜਿਸ ਦਿਨ ਤੁਸੀਂ ਆਉਣਾ ਵਾ, ਤੁਸੀਂ ਦੁੱਧ ਦੀਆਂ ਬਣੀਆਂ ਕੋਈ ਚੀਜ਼ਾਂ ਨਹੀਂ ਖਾਣੀਆਂ, ਫਲੀਆਂ ਨਹੀਂ ਖਾਣੀਆਂ, ਗੋਭੀ ਨਹੀਂ ਖਾਣੀ, ਕੋਈ ਭਾਰੀ ਹੈਵੀ ਭਾਰੀ ਚੀਜ਼ ਨਹੀਂ ਖਾਣੀ, ਅਤੇ ਹਲਕਾ ਫੁਲਕਾ ਤੁਸੀਂ ਖਾ ਕੇ ਆਉਣਾ ਵਾ, ਬਲਕਿ ਪੂਰੇ 24 ਘੰਟੇ 'ਚ ਤੁਸੀਂ ਪਰਹੇਜ਼ ਕਰਨਾ ਵਾ, ਉਸ ਤੋਂ ਅਗਲੇ ਦਿਨ ਤੁਸੀਂ ਖਾ ਸਕਦੇ ਹੋ। ਠੀਕ ਹੈ ਜੀ। ਕਈ ਵਾਰੀ ਪੇਸ਼ੈਂਟ ਦੇ ਦਿਲ ਵਿੱਚ ਇਹ ਹੁੰਦੀ ਹੈ ਕਿ ਯਾਰ ਉੱਥੇ ਜਾਵਾਂਗੇ, ਸਟਾਫ ਪਤਾ ਨਹੀਂ ਕਿਵੇਂ ਦਾ ਹੋਏਗਾ, ਡਾਕਟਰ ਸਾਹਿਬ ਪਤਾ ਨਹੀਂ ਕਿਵੇਂ ਦੇ ਹੋਣਗੇ, ਕੀ ਟ੍ਰੀਟਮੈਂਟ ਕਰਨਗੇ, ਉਹਨਾਂ ਬਾਰੇ ਤੁਹਾਨੂੰ ਡਿਟੇਲ ਤਾਂ ਦੱਸ ਹੀ ਦਿੱਤੀ ਹੈ ਜੀ, ਸੀ ਬੀ ਆਈ ਮੈਡੀਕਲ ਸੈਂਟਰ ਸਿਵਲ ਲਾਈਨ ਲੁਧਿਆਣਾ ਜੀ, ਅਤੇ ਕੋਸਟ ਵੀ ਜ਼ਿਆਦਾ ਨਹੀਂ ਹੈਗੀ, ਉਹਦੇ ਬਾਰੇ ਵੀ ਤੁਹਾਨੂੰ ਡਿਟੇਲ ਨਾਲ ਦੱਸ ਦਿੱਤਾ ਗਿਆ। ਪੇਸ਼ੈਂਟ ਕਈ ਵਾਰੀ ਇਹ ਸੋਚਦੇ ਨੇ ਕਿ ਸਾਨੂੰ ਹੋਸਪਿਟਲ 'ਚ ਕਿੰਨਾ ਚਿਰ ਸਟੇਅ ਰੱਖਣਗੇ ਜਾਂ ਕਿੰਨਾ ਚਿਰ ਟਾਈਮ ਲੱਗੂਗਾ ਇਹਦੇ ਬਾਰੇ, ਉਹਦੇ ਬਾਰੇ ਦੱਸੋ ਤਾਂ ਪੇਸ਼ੈਂਟ ਨੇ ਕਿੰਨਾ ਚਿਰ ਆਉਣਾ ਜੀ, ਉਹਦੇ 'ਚ ਕੋਈ ਵਰਕ ਲੌਸ ਹੁੰਦਾ ਪੇਸ਼ੈਂਟ ਦਾ ਜਾਂ ਕੋਈ ਕਿਸੇ ਤਰ੍ਹਾਂ ਦੇ ਐਵੇਂ ਦੀ ਕੋਈ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਪੇਸ਼ੈਂਟ ਆਰਾਮ ਨਾਲ ਬੈਠ ਕੇ ਇੱਥੇ ਟ੍ਰੀਟਮੈਂਟ ਲੈ ਕਰਵਾਉਂਦਾ, ਅਤੇ ਪੇਸ਼ੈਂਟ ਦੇ ਜਿਹੜੇ ਟ੍ਰੀਟਮੈਂਟ ਦੀ ਟਾਈਮਿੰਗ ਉਹ 3 ਘੰਟੇ ਦੀ ਹੈਗੀ ਹੈ। ਮਤਲਬ ਅਸੀਂ ਪੇਸ਼ੈਂਟ ਨੂੰ ਇੱਥੇ ਐਡਮਿਟ ਨਹੀਂ ਕਰਦੇ, ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਇੱਥੇ ਰਹੋ, ਇੱਦਾਂ ਕੁਛ ਨਹੀਂ, ਪੇਸ਼ੈਂਟ ਟ੍ਰੀਟਮੈਂਟ ਕਰਵਾ ਕੇ ਆਰਾਮ ਨਾਲ ਆਪਣੇ ਘਰੇ ਜਾ ਸਕਦਾ। ਓਕੇ, ਉਸ ਤੋਂ ਬਾਅਦ ਉਹ ਕਹਿੰਦੇ ਕਿ ਮੇਰੀ ਸ਼ੂਗਰ 'ਚ ਮਤਲਬ ਸ਼ੂਗਰ ਬਿਲਕੁਲ ਠੀਕ ਹੋ ਗਈ ਹੈ, ਅਤੇ ਹੁਣ ਉਹਨਾਂ ਨੇ ਮੈਡੀਸਿਨ ਵੀ ਛੱਡਤੀ ਹੈ। ਓਕੇ ਓਕੇ, ਹਾਂਜੀ, ਠੀਕ ਹੈ। ਸੋ ਦੋਸਤੋ, ਏ ਸੀ ਟੀ ਇੱਕ ਸਿਰਫ ਹਾਰਟ ਵਾਸਤੇ ਨਹੀਂ ਹੈ, ਇਹ ਹੋਰ ਵੀ ਬਹੁਤ ਚੀਜ਼ਾਂ 'ਤੇ ਕੰਮ ਕਰਦੀ ਹੈ। ਸੋ ਇੱਕ ਵਾਰੀ ਸੀ ਬੀ ਆਈ ਮੈਡੀਕਲ ਸੈਂਟਰ ਸਿਵਲ ਲਾਈਨ ਲੁਧਿਆਣਾ ਦੇ ਵਿੱਚ ਡਾਕਟਰ SSCBI MD ਮੈਡੀਸਨ ਨੇ ਜੀ, ਉਹਨਾਂ ਨਾਲ ਆ ਕੇ ਜ਼ਰੂਰ ਸੰਪਰਕ ਕਰੋ ਜੀ, ਆਪਣੀ ਰਿਪੋਰਟ ਚੈੱਕ ਕਰਵਾਓ। ਕਈ ਵਾਰੀ ਪੇਸ਼ੈਂਟ ਨੂੰ ਇਹ ਹੁੰਦਾ ਵੀ ਕਈ ਵਾਰੀ ਪੇਸ਼ੈਂਟ ਕਹਿੰਦਾ ਸਾਹ ਚੜ੍ਹਦਾ ਹੈ ਜਾਂ ਛਾਤੀ 'ਚ ਦਰਦ ਹੁੰਦਾ ਜਾਂ ਬਾਜੂ 'ਚ ਦਰਦ ਹੁੰਦਾ ਜਾਂ ਨਹਾਉਣ ਲੱਗਿਆਂ ਕਈ ਵਾਰੀ ਦਰਦ ਹੁੰਦਾ, ਉਹਦੇ ਵਿੱਚ ਵੀ ਇਹ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ ਜੀ।
ਹਾਂਜੀ ਹਾਂਜੀ ਇਹ ਸਾਈਨ ਸਿੰਪਟਮਸ ਹੈ ਜਿਹੜੇ ਚੈਸਟ ਪੇਨ ਹੋ ਗਈ ਆਪਣਾ ਇੱਕ ਆਰਮ ਚ ਦਰਦ ਹੋ ਗਈ ਇਹ ਸਾਰੇ ਸਾਈਨ ਸਿੰਪਟਮਸ ਇਹਦੇ ਹੀ ਨੇ ਸਾਡੇ ਇੱਥੇ ਇੱਕ ਬੇਸਿਕ ਪਹਿਲਾਂ ਟੈਸਟ ਕੀਤਾ ਜਾਂਦਾ ਹੈ ਸੀਸੀਟੀ ਟੈਸਟ ਹੁੰਦਾ ਜਿਹੜਾ ਖਾਲੀ ਪੇਟ ਟੈਸਟ ਹੁੰਦਾ ਉਹ ਇੱਕ ਬੇਸਿਕ ਟੈਸਟ ਹੈ ਇਹ ਟ੍ਰੀਟਮੈਂਟ ਲਈ ਪਹਿਲਾਂ ਅਸੀਂ ਉਹ ਕਰਦੇ ਹਾਂ ਉਹ ਰਿਪੋਰਟ ਚੈੱਕ ਕਰਨ ਤੋਂ ਬਾਅਦ ਹੀ ਅਸੀਂ ਟ੍ਰੀਟਮੈਂਟ ਡਿਸਾਈਡ ਕਰਦੇ ਹਾਂ ਵੀ ਉਹਨਾਂ ਲਈ ਇਹ ਟ੍ਰੀਟਮੈਂਟ ਹੋਏਗਾ ਜਾਂ ਨਹੀਂ ਹੋਏਗਾ ਓਕੇ ਹਾਂਜੀ ਇਹ ਮਾਰੀਆ ਜੀ ਤੁਸੀਂ ਇਹ ਦੱਸੋ ਵੀ 30 ਡ੍ਰਿਪਸ ਜਦੋਂ ਪੇਸ਼ੈਂਟ ਨੂੰ ਲੱਗ ਜਾਂਦੀਆਂ ਨੇ ਪੇਸ਼ੈਂਟ ਨੂੰ ਫਿਰ ਅੱਗੇ ਕੀ ਪ੍ਰਹੇਜ ਹੈ ਜੀ ਉਹਨਾਂ ਨੂੰ ਮਤਲਬ ਜਿਹੜੀਆਂ ਡ੍ਰਿਪਸ ਲਗਵਾਉਣੀਆਂ ਚਾਹੀਦੀਆਂ ਨੇ ਤੇ ਸਾਲ 'ਚ ਕਿੰਨੀਆਂ ਲਗਵਾਉਂਦੇ ਨੇ ਉਹ ਸਾਰਾ ਦੱਸੋ ਤੁਸੀਂ ਮਾੜਾ ਜਿਹਾ ਅਸੀਂ ਪੇਸ਼ੈਂਟ ਨੂੰ ਜਦੋਂ 30 ਡ੍ਰਿਪਸ ਜਦੋਂ ਹੋ ਜਾਂਦੀਆਂ ਵਾ ਅਸੀਂ ਪੇਸ਼ੈਂਟ ਨੂੰ ਇਹ ਕਹਿੰਦੇ ਕਿ ਤੁਸੀਂ 3 ਮਹੀਨੇ ਬਾਅਦ ਤੁਸੀਂ ਆ ਕੇ ਲਗਵਾ ਸਕਦੇ ਹੋ ਯਾਨੀ ਕਿ ਸਾਲ ਦੇ ਵਿੱਚ 4 ਡ੍ਰਿਪਸ ਲਗਵਾਉਂਦੇ ਹਾਂ ਹਾਂਜੀ 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 ਉਹ 3 ਮਹੀਨੇ ਬਾਅਦ ਅਸੀਂ ਕਹਿ ਸਕਦੇ ਹਾਂ ਅਸੀਂ ਉਹਨਾਂ ਨੂੰ ਪਰਚੀ ਦੇ ਦਿੰਦੇ ਆ ਕਿ ਤੁਸੀਂ ਬਲਕਿ ਟੈਸਟ ਕਰਵਾਉਣੇ ਆ 30 ਡ੍ਰਿਪ ਤੋਂ ਬਾਅਦ ਫਿਰ ਉਸ ਹਿਸਾਬ ਨਾਲ ਉਹ ਕਰਦੇ ਹਾਂ ਸੋ ਮਾਰੇ ਜੀ ਨੇ ਦੱਸਿਆ ਹੈ ਕਿ ਸਾਲ ਦੇ 30 ਡ੍ਰਿਪਸ ਲੱਗਣ ਤੋਂ ਬਾਅਦ ਸਾਲ ਦੇ ਵਿੱਚ 4 ਡ੍ਰਿਪਸ ਲਗਵਾਓ ਤੁਹਾਡੀ ਜਿਹੜੀ ਲਾਈਫ ਆਉਣ ਵਾਲੀ ਉਹ ਵਧੀਆ ਰਹੇਗੀ ਇਹ 4 ਲਾਈਫ ਇਸ ਕਰਕੇ ਲਗਾਉਣ ਦਾ ਕਿ ਜਿਹੜੀ ਤੁਸੀਂ ਕੋਲੈਸਟ੍ਰੋਲ ਵਗੈਰਾ ਰਿਮੂਵ ਕੀਤਾ ਹੈ ਉਹ ਤੁਹਾਡਾ ਦੁਆਰਾ ਨਾ ਜੰਮੇ ਔਰ ਇਹਨਾਂ ਨੇ ਜਿਵੇਂ ਮਿਲਕ ਪ੍ਰੋਟੈਕਟ ਦੱਸਿਆ ਸੀਗਾ ਉਹਦਾ ਇਹ ਨਹੀਂ ਹੈਗਾ ਕਿ ਤੁਸੀਂ ਘਰ ਤੋਂ ਅਵਾਇਡ ਕਰਦੇ ਹੋ ਉਹਦਾ ਇਹ ਹੁੰਦਾ ਹੈ ਮੇਰਾ ਖਿਆਲ ਜਿੱਥੋਂ ਤੱਕ ਮੇਰਾ ਖਿਆਲ ਹੈ ਜੀ ਕਿ ਜਦੋਂ ਆਪਾਂ ਮਿਲਕ ਪ੍ਰੋਟੈਕਟ ਦਿੰਦੇ ਹਾਂ ਜਾਂ ਕੋਈ ਚੀਜ਼ ਖਾਣ ਨੂੰ ਬੰਦ ਕਰਦੇ ਹਾਂ ਜਿਸ ਦਿਨ ਡ੍ਰਿਪ ਲੱਗਣੀ ਹੈ ਉਹਦਾ ਇਹ ਹੁੰਦਾ ਕਿ ਆਪਾਂ ਕੋਲੈਸਟ੍ਰੋਲ ਰਿਮੂਵ ਕਰਦੇ ਹਾਂ ਕਿ ਉਹਨਾਂ ਚੀਜ਼ਾਂ ਨਾਲ ਕੋਲੈਸਟ੍ਰੋਲ ਬਣਦਾ ਹੈ ਕਿ ਉਹ ਚੀਜ਼ ਫਿਰ ਦੁਆਰਾ ਆਪਾਂ ਉਹਦਾ ਅਸਰ ਘੱਟ ਨਾ ਹੋਵੇ ਸੋ ਦੋਸਤੋ ਇਸ ਕਰਕੇ ਮਿਲਕ ਪ੍ਰੋਟੈਕਟ ਜਾਂ ਜਿਹੜੀ ਵੀ ਚੀਜ਼ ਅਵਾਇਡ ਕੀਤੀਆਂ ਜਾਂਦੀਆਂ ਨੇ ਸੋ ਸੀਬੀਆ ਮੈਡੀਕਲ ਸੈਂਟਰ ਦੇ ਵਿੱਚ ਇੱਕ ਵਾਰੀ ਜ਼ਰੂਰ ਆਓ ਆਪਣੀਆਂ ਰਿਪੋਰਟਾਂ ਜ਼ਰੂਰ ਚੈੱਕ ਕਰਾਓ ਸਾਡਾ ਚੈਨਲ ਹੈ ਜੀ ਸੀਬੀਆ ਮੈਡੀਕਲ ਸੈਂਟਰ ਦੇ ਨਾਮ 'ਤੇ ਯੂਟਿਊਬ ਦਾ ਸੋ ਪਲੀਜ਼ ਉਹਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਇਹੋ ਜਿਹੀਆਂ ਵੀਡੀਓ ਹੋਰ ਮਿਲਣਗੀਆਂ ਜੀ ਸੋ ਸਾਡੇ ਕੋਲ ਹੋਰ ਵੀ ਟ੍ਰੀਟਮੈਂਟ ਨੇ ਹਾਰਟ ਦੇ ਬਹੁਤ ਵਧੀਆ ਵਧੀਆ ਸੋ ਇੱਕ ਵਾਰੀ ਸੀਬੀਆ ਮੈਡੀਕਲ ਸੈਂਟਰ ਵਿੱਚ ਜ਼ਰੂਰ ਆਓ ਡਾਕਟਰ ਸਾਹਿਬ ਨਾਲ ਕੰਟੈਕਟ ਕਰਨ ਵਾਸਤੇ ਡਾਕਟਰ ਸਾਹਿਬ ਦਾ ਮੋਬਾਈਲ ਨੰਬਰ ਹੈ ਜੀ 9814034818 98140 34818